ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ, ਕੈਮਰਾ ਪਰਸਨ ਜੀ ਨਾਲ ਮੈਂ ਲਾਲ ਕਮਲ। ਅਸੀਂ ਇਸ ਟਾਈਮ ਮੁਕੰਦਪੁਰ ਤੋਰਾ ਰੋਡ ਤੇ ਜਿੱਥੇ ਕਿ ਤੇਜ਼ ਰਫਤਾਰੀ ਤਰ੍ਹਾਂ ਭਿਆਨਕ ਕਾਰਨ ਉਹਦੀਆਂ ਤਸਵੀਰਾਂ ਨੂੰ ਦਿਖਾਉਣ ਦੀ ਕਰਦੇ ਹਾਂ। ਤੇਜ਼ ਰਫਤਾਰੀ ਜ਼ਿੰਦਗੀ ਦੇ ਵਿੱਚ ਤੇਜ਼ ਰਫਤਾਰੀ ਕਿਹੜਾ ਰੂਪ ਧਾਰਨ ਕਰਦੀ ਆ, ਤੁਸੀਂ ਸਾਨੂੰ ਦੇਖ ਕੇ ਅੰਦਾਜ਼ਾ ਸਕਦੇ ਹੋ ਕਿ ਨੌਜਵਾਨ ਜਿਹੜਾ ਕਿ ਗੱਡੀ ਵਿੱਚ ਸਵਾਰ ਮੋਟਰਸਾਈਕਲ ਨੂੰ ਬਚਾਉਣ ਦਾ ਜਿਹੜਾ ਉਹ ਦਰਖਤਾਂ ਦੇ ਨਾਲ ਟਕਰਾ ਗਿਆ। ਦਰਖਤਾਂ ਤੋਂ ਬਾਅਦ ਜਿਹੜੀ ਗੱਡੀ ਪਲਟੀਆਂ ਖਾਂਦੀ ਹੋਈ ਉਹ ਕਦੇ ਖੇਤਾਂ ਵਿੱਚ ਪਲਟ ਗਈ, ਅਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਫੋਰਚੂਨਰ ਗੱਡੀ ਜਿਹੜੀ ਕਿ ਕਾਫੀ ਮਹਿੰਗੀ ਗੱਡੀ ਮੰਨੀ ਜਾਂਦੀ ਹੈ, ਉਸ ਗੱਡੀ ਦਾ ਜਿਹੜਾ ਟੋਟਲ ਜਿਹੜਾ ਲੋਸ ਹੋ ਗਿਆ, ਦੀ ਨਾਲ ਇੱਕ ਪ੍ਰਵਾਸੀ ਮਜ਼ਦੂਰ ਜਿਹਦੇ ਨਾਲ ਟੱਕਰ ਹੋਈ ਹੈ ਉਹ ਵੀ ਗੰਭੀਰ ਘਾਇਲ ਹੋ ਗਿਆ। ਨਾਲ ਦੀ ਨਾਲ ਅਸੀਂ ਵੀ ਦੱਸ ਦਈਏ ਧਲੇਤਾ ਪੁਲਿਸ ਵੈਨ ਮੌਕੇ 'ਤੇ ਪੁੱਜੀ ਅਤੇ ਮੌਕਾ ਸੰਭਾਲ ਕੇ ਜ਼ਖਮੀਆਂ ਨੂੰ ਜਿਹੜਾ ਉਹ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਦਾਖਲ ਕਰਵਾਇਆ। ਜੇਕਰ ਧਲੇਤਾ ਪੁਲਿਸ ਵੀ ਨਾ ਪੁੱਜਦੀ ਤਾਂ ਹੋ ਸਕਦਾ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ, ਪਰ ਪੁਲਿਸ ਦੇ ਪੁੱਜਣ ਕਰਕੇ ਇੱਕ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਆਪਾਂ ਜਦੋਂ ਆਪਾਂ ਤੇਜ਼ ਰਫਤਾਰ ਜਦੋਂ ਚੱਲਦੇ ਹਾਂ ਤਾਂ ਉਹਦਾ ਰੂਪ ਕੀ ਨਿਕਲਦਾ, ਭਿਆਨਕ ਜਿਹੜਾ ਉਹ ਸਿੱਟਾ ਨਿਕਲਦਾ। ਇੱਕ ਵਾਰੀ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੀ ਪਤਾ ਲੱਗਾ ਬਈ ਕਿੱਦਾਂ ਹੋਇਆ ਹਾਦਸਾ ਹੈ? ਅੱਜ ਮੁਕੰਦਪੁਰ ਤੋਂ ਅਪਰਾ ਸਾਈਡ ਇੱਕ ਫੋਰਚੂਨਰ ਬਹੁਤ ਤੇਜ਼ ਰਫਤਾਰ ਦੇ ਵਿੱਚ ਜਿਹੜੀ ਅਪਰਾ ਨੂੰ ਆ ਰਹੀ ਸੀ, ਇੱਕ ਪ੍ਰਵਾਸੀ ਮਜ਼ਦੂਰ ਜਿਸ ਨੂੰ ਉਹਨੇ ਹਿੱਟ ਕੀਤਾ ਅਤੇ ਪ੍ਰਵਾਸੀ ਮਜ਼ਦੂਰ 'ਤੇ ਕਾਫੀ ਜਿਹੜੀ ਸੱਟ ਫੇਟ ਲੱਗੀ ਆ, ਉਹ ਜੇਰੇ ਇਲਾਜ ਮੁਕੰਦਪੁਰ ਦੇ ਹੋਸਪਿਟਲ ਨੂੰ ਲਿਜਾਇਆ ਗਿਆ। ਅਤੇ ਫੋਰਚੂਨਰ ਇੰਨੀ ਜ਼ਿਆਦਾ ਓਵਰ ਸਪੀਡ ਸੀ, ਜਿਹੜੇ ਇਲਾਕੇ ਦੇ ਲੋਕ ਇੱਥੇ ਦੇਖਣ 'ਚ ਆਇਆ ਕਿ ਉਹਨਾਂ ਨੂੰ ਦੱਸਿਆ ਅਤੇ ਬਹੁਤ ਜ਼ਿਆਦਾ ਤੇਜ਼ ਰਫਤਾਰ ਹੋਣ ਕਾਰਨ ਉਹ ਕੰਟਰੋਲ ਨਹੀਂ ਕਰ ਸਕੇ ਅਤੇ ਫੋਰਚੂਨਰ ਜਿਹੜੀਆਂ ਪਾਡੀਆਂ ਖਾ ਕੇ ਉਹ ਖੇਤਾਂ ਵਿੱਚ ਡਿੱਗ ਪਈ ਅਤੇ ਜਾਨੀ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਹੁਤ ਵੱਡਾ ਬਚਾ ਰਿਹਾ। ਪਰ ਜੇਕਰ ਓਵਰ ਸਪੀਡ ਦੇ ਕਾਰਨ, ਅੱਜ ਜਿਹੜੀ ਓਵਰ ਸਪੀਡ ਨਾ ਹੁੰਦੀ ਤਾਂ ਉਹ ਪ੍ਰਵਾਸੀ ਮਜ਼ਦੂਰ ਜਿਹੜਾ ਉਹ ਬਚ ਸਕਦਾ ਸੀ, ਉਹਦੇ ਲੱਤਾਂ 'ਤੇ ਸੱਟ ਲੱਗੀ, ਮੇਰੇ ਖਿਆਲ ਨਾਲ ਲੱਤਾਂ ਵੀ ਉਹਦੀ ਟੁੱਟ ਗਈ ਆ। ਬਾਕੀ ਜਿਹੜਾ ਮੁਕੰਦਪੁਰ ਹੋਸਪਿਟਲ ਜਿਹੜੇ ਰਾਹਗੀਰਾਂ ਨੇ ਉਹਨਾਂ ਨੂੰ ਲੈ ਗਏ ਆ। ਫੋਰਚੂਨਰ ਵਾਲਿਆਂ ਦਾ ਬਚਾਅ ਹੋ ਗਿਆ ਜੀ? ਫੋਰਚੂਨਰ ਵਾਲੇ ਵੀ ਜਿਹੜਾ ਬਚਾਅ ਆ ਉਹ ਵੀ ਗੱਡੀ 'ਚ, ਉਹ ਵੀ ਮੁਕੰਦਪੁਰ ਹੋਸਪਿਟਲ ਉਹਨਾਂ ਨੂੰ ਵੀ ਜਿਹੜਾ ਐਡਮਿਟ ਕਰਵਾਇਆ ਗਿਆ। ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜੀ? ਮੋਟਰਸਾਈਕਲ ਦਾ ਜਿਹੜਾ ਮੋਟਰਸਾਈਕਲ ਬਿਲਕੁਲ ਕਚਰਾ ਹੋ ਗਿਆ, ਮੋਟਰਸਾਈਕਲ ਦਾ ਟੋਟਲ ਲੋਸ ਹੋ ਗਿਆ। ਅਤੇ ਫੋਰਚੂਨਰ ਗੱਡੀ ਆ ਤੁਸੀਂ ਦੇਖਦੇ ਹੋ ਖੇਤਾਂ 'ਚ ਪਈ ਆ, ਅਤੇ ਉਹਦੇ ਵੀ ਫੋਰਚੂਨਰ ਵੀ ਕਾਫੀ ਜਿਹੜਾ ਦਰਖਤਾਂ ਨਾਲ ਹਿੱਟ ਕਰਦੀ, ਉਹ ਦਰਖਤਾਂ ਨੂੰ ਤੋੜਦੀ ਹੋਈ ਜਿਹੜੇ ਖੇਤਾਂ ਵਿੱਚ ਜਾ ਕੇ ਉਹ ਪਲਟੀਆਂ ਖਾ ਗਈ। ਸੋ ਬੜੀ ਇਹ ਭਿਆਨਕ ਜਿਹੜਾ ਇਹ ਰੋਡ ਐਕਸੀਡੈਂਟ ਮੁਕੰਦਪੁਰ ਤੋਂ ਅਪਰਾ ਰੋਡ ਨੇੜੇ ਤੂਰਾਂ ਵਿਖੇ ਹੋਇਆ ਜੀ। ਸਰ ਕੀ ਕਿੱਦਾਂ ਹੋਇਆ ਹਾਦਸਾ? ਸਾਨੂੰ ਸਲਾਹ ਮਿਲੀ ਹੈ ਕਿ ਮਸਾਣੀ ਪਿੰਡ ਦੇ ਕੋਲ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ 'ਤੇ, ਇੱਕ ਫੋਰਚੂਨਰ ਗੱਡੀ ਦਾ। ਅਸੀਂ ਮੌਕੇ 'ਤੇ ਪੁੱਜੇ ਹਾਂ ਅਤੇ ਪਤਾ ਕੀਤਾ ਕਿ ਜਿਹੜਾ ਮੋਟਰਸਾਈਕਲ ਚਾਲਕ ਸੀਗਾ ਉਹ ਪ੍ਰਦੇਸੀ ਮਜ਼ਦੂਰ ਸੀਗਾ ਅਤੇ ਉਹਨੂੰ ਮੁਕੰਦਪੁਰ ਹੋਸਪਿਟਲ ਲੈ ਗਿਆ, ਅਤੇ ਜਿਹੜਾ ਹੈਗਾ ਗੱਡੀ ਦਾ ਡਰਾਈਵਰ ਸੀ ਉਹਦੇ ਵੀ ਮੂਲੀ ਸੱਟਾਂ ਲੱਗੀਆਂ, ਅਤੇ ਫੋਰਚੂਨਰ ਦਾ ਬੰਦਾ ਜਿਹੜਾ ਉਹਨੂੰ ਵੀ ਉੱਥੇ ਲੈ ਗਿਆ ਮੁਕੰਦਪੁਰ ਹੋਸਪਿਟਲ। ਹੁਣ ਅਸੀਂ ਵੈਰੀਫਾਈ ਕਰ ਰਹੇ ਕੌਣ ਕੀ ਕਿਸ ਤਰ੍ਹਾਂ ਹੋਇਆ ਕਿਆ ਹੋਇਆ, ਮੌਕਾ ਦੇਖ ਲਿਆ ਅਤੇ ਉੱਥੇ ਮੁਕੰਦਪੁਰ ਹੋਸਪਿਟਲ ਜਾ ਕੇ ਵੈਰੀਫਾਈ ਕਰਾਇਆ। ਅਤੇ ਬਚਾਅ ਹੋ ਗਿਆ ਜੀ ਦੋਨਾਂ ਦਾ? ਸੱਟਾਂ ਲੱਗੀਆਂ ਦੋਨਾਂ ਦੇ, ਬਾਕੀ ਮੌਕਾ ਦੇਖਾਂਗੇ ਜਾ ਕੇ, ਅਸੀਂ ਪੇਸ਼ੈਂਟ ਨਹੀਂ ਦੇਖੇ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।